ਸਤਿ ਸ੍ਰੀ ਅਕਾਲ, ਤੁਸੀਂ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਜਸ ਕਰੇਵਾਲ। ਪਿਛਲੇ ਦਿਨਾਂ ਦੇ ਵਿੱਚ ਇੱਕ ਤਸਵੀਰ ਜਿਹੜੀ ਵਾਇਰਲ ਹੋ ਰਹੀ ਆ ਜਸਵਿੰਦਰ ਸਿੰਘ ਆਸਾ ਬੁੱਟਰ ਦੀ, ਜਿਹੜੇ ਕਬੱਡੀ ਦੇ ਨਾਮਵਰ ਬੁਲਾਰੇ ਨੇ, ਉਹਨਾਂ ਦੀ ਤਸਵੀਰ ਵਾਇਰਲ ਹੋ ਰਹੀ ਆ ਲਿਖ ਕੇ ਕਿ ਜਸਵਿੰਦਰ ਆਸਾ ਬੁੱਟਰ ਜਿਹੜੇ ਆ ਉਹ ਪਿਛਲੇ ਦਿਨਾਂ ਤੋਂ 26 ਜਨਵਰੀ ਤੋਂ ਬਾਅਦ ਜਿਹੜੇ ਆ ਦਿੱਲੀ ਦੇ ਸੰਘਰਸ਼ ਦੇ ਵਿੱਚੋਂ ਗਾਇਬ ਨੇ, ਦਿੱਲੀ ਦੇ ਸੰਘਰਸ਼ ਦੇ ਵਿੱਚੋਂ ਗਾਇਬ ਨੇ, ਮਿਲ ਨਹੀਂ ਰਹੇ। इस तस्वीर बारे जदों असी घोख पड़ताल करने की कोशिश की तो सानू पता लग्या कि जसविंदर आसा बुट्टर की जी गिरफ्तारी हो चुकी आ 26 तारीख नूं 9 बजे। असी एक गलबात जी उन्हां दी धर्म पत्नी वीरपाल कौर जी दे नाल कीती आ। उन्हां दे दस्सण मुताबक जसविंदर आसा बुट्टर की गिरफ्तारी 26 तारीख नूं 9 बजे हुंदी आ। 26 तारीख नूं जिहड़े आ ओह परेड दे विच शामिल हुंदे आ। उन्हां दी गिरफ्तारी जिहड़ी आ लाल किले तो बाहर हुंदी आ। एक बार 26 दी परेड दे विच शामिल होण तो बाद ओह संघर्ष दे विच वापस आउंदे आ, बट उन्हां नूं पता लगदा कि उन्हां दे नाल एक बच्चा रह रहा सी जो बोल नहीं पाउंदा सी ते ओह उस परेड दे विच ही रह ਜਾਂਦਾ। ਉਹ ਵਾਪਸ ਆਪਣੇ ਤੰਬੂ ਦੇ ਵਿੱਚ ਨਹੀਂ ਪਰਤਦਾ। ਉਸ ਨੂੰ ਲੈਣ ਦੇ ਲਈ ਜਿਹੜੇ ਆ ਜਸਵਿੰਦਰ ਆਸਾ ਬੁੱਟਰ ਜਾਂਦੇ ਆ ਆਪਣੇ ਨਾਲ, ਆਪਣੇ ਸਾਥੀ ਦੇ ਨਾਲ ਜਾਂਦੇ ਆ। ਲਾਲ ਕਿਲੇ ਦੇ ਬਾਹਰੋਂ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ। ਇਹ ਕਹਿਣਾ ਆ ਉਹਨਾਂ ਦੀ ਧਰਮ ਪਤਨੀ ਵੀਰਪਾਲ ਕੌਰ ਜੀ ਦਾ ਕਿ 27 ਤਾਰੀਖ ਨੂੰ ਉਹਨਾਂ ਦੀ ਜਿਹੜੀ ਆ ਗੱਲ ਹੁੰਦੀ ਆ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਪੁੱਛਿਆ ਕਿ ਹੋਰ ਕਿੰਨੇ ਜਣ ਜਿਹੜੇ ਆ ਜਸਵਿੰਦਰ ਜੀ ਦੇ ਨਾਲ ਆ ਤਾਂ ਜਸਵਿੰਦਰ ਨੇ ਦੱਸਿਆ ਕਿ ਮੇਰੇ ਨਾਲ ਇੱਥੇ ਤਿਹਾੜ ਜੇਲ੍ਹ ਦੇ ਵਿੱਚ 2800 ਜਣ ਮੌਜੂਦ ਆ। ਸਾਡੀ की गलबात हुई आ उन्हां दी धर्म पत्नी वीरपाल कौर जी दे नाल, पहलां तुसीं ओ सुनो। हेलो, सत श्री अकाल भैन जी। सत श्री अकाल जी। भैन जी आरएमबी टेलीविजन तो गल कर रहे हैं जी मैं। हाँ जी भैन जी, बाई जी दी जिहड़ी लेटेस्ट रिपोर्ट आ की आ रही आ, हाले तक तुहानूं कोई अपडेट मिली है उन्हां दी? हाँ जी, अपडेट अपने कोल सारी है उन्हां दी। अच्छा जी। हाँ जी। ओ की है जी, गिरफ्तार कदों होए आ ओ? शाम 9 बजे 26 तारीख नूं रात 9 बजे। कित्थों गिरफ्तार कीता गया जी बाई नूं? दिल्ली लाल किले दे कोलों कीते होए आ। लाल किले दे बाहर सी, लाल किले दे अंदर सी? बाहर सीगे। अच्छा, लाल किले दे बाहर सी। तुहाडी जसविंदर बाई नाल गल होई आ जां किसे होर नाल गल होई आ? जसविंदर नाल होई आ, इंस्पैक्टर नाल भी हुंदी हुंदी आ, जेहड़े जेहड़ी हुण जिथे ओ हैगे आ साबका इंस्पैक्टर उहनां नाल भी हुंदी हुंदी हैगी। जे तुसीं कहो तां नंबर दे सकदे आ उहनां दे जी। हाँ जी, नंबर कोई गल नंबर जरूर प्रोवाइड करवाओ। अच्छा, की दस्या कि जसविंदर की करन गए सी उत्थे? सर वो कहंदे ना भी किसी बच्चे दे भी पहला मेंटली प्रॉब्लम सीगी, कोई एक्सीडेंट वगैरह होया सी, बच्चा कोई नाल उन्हां दे जी ते वो गैप नहीं गा। भी जिवें कि मैनूं मानसा तो फोन आया सी किसी मुंडे दा, उन्हां ने मैनूं दस्सिया गा भी कहंदे वो बच्चे नूं कहंदे भी बच्चा रह गया, उहनूं लै अगे जाके जी ਤੇ ਉਹ ਬੱਚੇ ਨੂੰ ਛਡਾਉਣ ਗਿਆ ਸੀ। ਕਹਿੰਦੇ ਵੀ ਉਹ ਤਾਂ ਵਾਪਸ ਆ ਗਿਆ ਸੀਗਾ ਵੀ ਆਪਣੇ ਵੀ ਜਿੱਥੇ ਬਹਿੰਦੇ ਸੀਗੇ ਆ ਕੇ ਤੰਬੂਆਂ 'ਚ ਜੀ। ਹਾਂਜੀ, ਆਪਣੇ ਵਾਪਸ ਤੰਬੂਆਂ 'ਚ ਆ ਗਿਆ ਸੀ ਤੇ ਪਰ ਬੱਚੇ ਨੂੰ ਛਡਾਉਣ ਵਾਸਤੇ ਵਾਪਸ ਗਿਆ ਸੀ। ਕਹਿੰਦਾ ਬੱਚਾ ਬੋਲ। ਸਰ ਹੁਣ ਦੀ ਅਪਡੇਟ ਤਾਂ ਮੈਨੂੰ ਵਾਪਸ ਕੋਈ ਦਿੱਤੀ ਨਹੀਂ ਉਹਨਾਂ ਨੇ। ਜਿੱਦੇ ਉਹਨਾਂ ਨੂੰ ਗ੍ਰੈਫ ਕੀਤਾ ਰਾਤ ਨੂੰ 9 ਵਜੇ ਦਾ ਟਾਈਮ ਸੀਗਾ 26 ਤਰੀਕ ਦਾ। 26 ਤਰੀਕ ਸ਼ਾਮ ਨੂੰ 9 ਵਜੇ ਜੀ। ਹਾਂਜੀ, ਤੇ ਲਾਲ ਉਹ ਜੀ ਮੈਂਟਲੀ ਪ੍ਰੋਬਲਮ ਸੀਗੀ ਜੀ ਤੇ ਉਹ ਵੀ ਜਿਵੇਂ ਮੈਨੂੰ ਕੋਟਲਾ ਤੋਂ ਫੋਨ ਆਇਆ ਸੀ ਕਿਸੇ ਮੁੰਡੇ ਦਾ ਵੀ, ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਬਾਈ ਦਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ, ਕਹਿੰਦੇ ਵਾਪਸ ਆਪਣੇ ਤੰਬੂਆਂ 'ਚ ਆ ਚੁੱਕਾ ਸੀ ਜੀ। ਤੇ ਜਿਵੇਂ ਕਿ ਉਹਨੂੰ ਪਤਾ ਲੱਗਿਆ ਵੀ ਉਹ ਬੱਚਾ ਵੀ ਉੱਧਰ ਰਹਿ ਗਿਆ ਗਾ, ਉਹ ਕਹਿੰਦਾ ਇਹਨੂੰ ਜਿਹੜੇ ਸਾਡੇ ਉਹਦੇ ਨਾਲ ਗਰੁੱਪ ਦੇ ਸੀ, ਦੂਸਰੇ ਗਰੁੱਪ ਦੇ ਸੀਗੇ, ਸਿੱਧੂਪੁਰ ਗਰੁੱਪ ਦੇ ਸੀ ਜੀ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਵੀ ਆਪਾਂ ਵੀ ਤੂੰ ਵਾਪਸ ਨਾ ਜਸਵਿੰਦਰ ਵੀ ਇੱਧਰ ਹੁਣ ਤੂੰ ਵੀ ਤੂੰ ਕੀ ਕਰਨਾ। ਉਹ ਕਹਿੰਦਾ ਵੀ ਉਹ ਬੱਚਾ ਰਹਿ ਗਿਆ, ਮੈਂ ਬੱਚੇ ਨੂੰ ਵੀ ਛਡਾ ਲਿਆ, ਮੈਂ ਵੀ ਉਹ ਬੋਲ ਹੋ ਨਹੀਂ ਸਕਦਾ ਗਾ ਜੀ। ਉਹ ਬੱਚੇ ਨੂੰ ਛਡਾਉਣ ਜਿੱਥੋਂ ਜਾ ਰਿਹਾ ਗਾ ਤੇ ਕਹਿੰਦੇ ਵੀ ਉਹਦਾ ਕੋਈ ਕਸੂਰ ਨਹੀਂ ਸੀਗਾ ਵੀ ਉਹ ਤਾਂ ਬਸ ਵੀ ਬੱਚੇ ਨੂੰ ਛਡਾਉਣ ਦੀ ਵਜ੍ਹਾ ਕਾਰਨ ਹੀ ਫਸ ਗਿਆ ਉਧਰ ਜੀ। ਜਿਹੜੀ ਬਾਈ ਦੀ ਗ੍ਰਿਫਤਾਰੀ ਹੁੰਦੀ ਆ ਉਹ ਕਿਲੇ ਦੇ ਬਾਹਰੋਂ ਹੁੰਦੀ ਆ ਕਿਲੇ ਦੇ ਅੰਦਰੋਂ ਹੁੰਦੀ ਆ? ਉਹ ਕਿਲੇ ਦੇ ਬਾਹਰੋਂ ਹੋਈ ਨੇ। ਕਿਲੇ ਦੇ ਬਾਹਰੋਂ ਬਾਈ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ। ਤੁਹਾਨੂੰ ਇੱਕ ਮਤਲਬ ਉਹ ਨੌਜਵਾਨ ਇਹ ਚੀਜ਼ ਜਿਹੜੀ ਆ ਉਹ ਦੱਸੀ ਆ। ਉਸ ਤੋਂ ਬਾਅਦ ਜਸਵਿੰਦਰ ਬਾਈ ਦੇ ਨਾਲ ਤੁਹਾਡੀ ਗੱਲ ਹੋਈ ਆ ਜਾਂ ਕਿਸੇ ਅਧਿਕਾਰੀ ਦੇ ਨਾਲ ਗੱਲ ਹੋਈ ਹੋਵੇ? ਜਸਵਿੰਦਰ ਨਾਲ ਹੁਣ ਮੇਰੀ ਗੱਲ 27 ਤਰੀਕ ਨੂੰ ਸ਼ਾਮ ਨੂੰ 7:30 ਵਜੇ ਹੋਈ ਹੈ। ਅੱਛਾ, ਜਸਵਿੰਦਰ ਦਾ ਕੀ ਕਹਿਣਾ ਸੀ? ਉਹਨਾਂ ਨੇ ਇਹੀ ਕਿਹਾ ਕਹਿੰਦੇ ਵੀ ਤੁਸੀਂ ਵੀ ਮੈਨੂੰ ਤਿਹਾੜ ਜੇਲ੍ਹ ਵਿੱਚ ਲੈ ਜਾ ਚੁੱਕੇ ਆਗੇ, ਵੀ ਤੁਸੀਂ ਜਿਹੜੇ ਕਾਦੀਆਂ ਗਰੁੱਪ ਆਗਾ, ਸਿੱਧੂਪੁਰ ਗਰੁੱਪ ਆਗਾ, ਵੀ ਉਹਨਾਂ ਨੂੰ ਮੇਰੀ ਵੀ ਜਾਣਕਾਰੀ ਦੇ ਦਿਓ ਵੀ ਉਹ ਫੜਿਆ ਜਾ ਚੁੱਕਿਆ ਗਾ ਜੀ। ਹਾਂਜੀ, ਤੁਸੀਂ ਜਾਣਕਾਰੀ ਜਿਹੜੀ ਆ ਇਹ ਸਿੱਧੂਪੁਰ ਗਰੁੱਪ ਤੱਕ ਤੇ ਕਾਦੀਆਂ ਗਰੁੱਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਪਹੁੰਚ ਚੁੱਕੀ ਆ? ਵੀਰ ਜੀ ਮੈਂ ਤਾਂ ਕਿਸੇ ਨੂੰ ਜਾਣਦੀ ਨੀ ਗੀ, ਘਰੇ ਆਏ ਸੀਗੀ ਅੱਜ ਜੀ ਤੇ ਅੱਜ ਉਹ ਵੀ ਪੁੱਛ ਕੇ ਗਏ ਆ, ਪਹਿਲਾਂ ਮੇਰੇ ਕੋਲ ਕੋਈ ਨੀ ਆਇਆ ਗਾ, ਕਿਸੇ ਨੇ ਨੀ ਮੈਨੂੰ ਪੁੱਛਿਆ ਆ ਕੇ ਜੀ। ਅੱਜ ਕੌਣ ਆਇਆ ਸੀ ਘਰੇ? ਅੱਜ ਵੀਰ ਜੀ ਇੱਕ ਤਾਂ ਵੀ ਕਹਿੰਦੇ ਆ ਕਿ ਜਿੰਨਾ ਗਰੁੱਪ 'ਚ ਸੀਗਾ ਇਹ ਸਿੱਧੂਪੁਰ ਗਰੁੱਪ 'ਚ ਸੀਗਾ ਉਹ ਆ ਕੇ ਗਏ, ਹੁਣ ਦੁਪਹਿਰੇ ਦਾ ਟਾਈਮ ਦਿੱਤਾ ਸੀ ਦੁਪਹਿਰੇ ਨੂੰ ਆਵਾਂਗੇ ਤੁਹਾਡੇ ਕੋਲੇ ਜੀ। ਹਾਂਜੀ ਉਹ ਆ ਕੇ ਗਏ ਆ। ਤੇ ਜਸਵਿੰਦਰ ਨੇ ਇਹ ਦੱਸਿਆ ਕਿ ਉਹਦੇ ਨਾਲ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਉਸ ਵੇਲੇ ਹੋਰ ਕਿੰਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ 26 ਤਰੀਕ ਨੂੰ ਜਸਵਿੰਦਰ ਦੀ ਗ੍ਰਿਫਤਾਰੀ ਹੁੰਦੀ ਆ? ਉਹਨਾਂ ਨੇ ਮੈਨੂੰ ਗਿਣਤੀ 'ਚ ਤਾਂ ਨਹੀਂ ਦੱਸਿਆ, ਉਹ ਕਹਿੰਦੇ ਸੀ ਵੀ ਅਸੀਂ ਬਹੁਤ ਜਾਣੇ ਆਂਗੇ ਵੀ ਕੁੱਲ ਮਿਲਾ ਕੇ ਵੀ 2800 ਬੰਦਾ ਹੋਵਾਂਗੇ ਵੀ ਜਿਨ੍ਹਾਂ ਨੂੰ ਸਾਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਿਨ ਦੀ ਗੱਲ ਆ। ਹਾਂਜੀ ਹਾਂਜੀ ਉਸ ਦਿਨ। ਅੱਛਾ ਇਹਨਾਂ ਦੇ ਨਾਲ ਜਸਵਿੰਦਰ ਨੂੰ ਉਸ ਦਿਨ ਇਕੱਲੇ ਨੂੰ ਕੀਤਾ ਗਿਆ ਜਾਂ ਕੋਈ ਨਾਲ ਹੋਰ ਵੀ ਸੀ? ਇਹ ਚੀਜ਼ ਦੱਸੀ ਆ ਕਿ ਉਸ ਦਿਨ ਜਦੋਂ ਕੀਤਾ ਸੀ ਕਿ ਮੁੰਡੇ ਕਿੰਨੇ ਗਏ ਸੀ ਉਸ ਬੱਚੇ ਨੂੰ ਜਿਹੜੇ ਤੋਂ ਤੁਸੀਂ ਗੱਲ ਕਰ ਰਹੇ ਹੋ, ਬੱਚੇ ਨੂੰ ਦੇਖਣ ਗਏ ਸੀ, ਕਿੰਨੇ ਜਣ ਗਏ ਸੀ ਦੇਖਣ? ਸਰ ਇੰਨੀ ਗੱਲ ਨਹੀਂ ਹੋਣ ਦਿੱਤੀ ਉਹਨਾਂ ਨੇ, ਬਸ 2 ਮਿੰਟ ਹੀ ਗੱਲ ਕਰਵਾਈ ਸੀਗੀ ਵੀ ਮੇਰਾ ਇੱਕ ਵੀ ਆਹੀ ਦੱਸ ਦਿਓ ਤੁਸੀਂ ਵੀ ਮੈਨੂੰ ਵੀ ਜੇਲ੍ਹ 'ਚ ਲਿਜਾ ਚੁੱਕੇ ਅੱਗੇ ਵੀ ਮੇਰੀ ਵੀ ਬਾਹਰ ਜਿੰਨੀ ਵੀ ਹੋ ਸਕਦਾ ਵੀ ਖਬਰ ਬਾਹਰ ਪਹੁੰਚਾ ਦਿਓ, ਹੋਰ ਵੱਧ ਗੱਲ ਹੀ ਨਹੀਂ ਕਰਨ ਦਿੱਤੀ ਉਹਨਾਂ ਨੇ ਸਾਡੇ ਨਾਲ। ਜੀ 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 ਠੀਕ ਹੈ ਜੀ। ਹੁਣ ਤੁਹਾਡੀ ਜਿਹੜੀ ਗੱਲ ਹੋਈ ਆ ਉਹ ਕਹਿ ਰਿਹਾ ਕਿ ਸਿੱਧੂਪੁਰ ਤੋਂ ਸੀ ਹੈ ਨਾ, ਉਹ ਕਹਿ ਰਿਹਾ ਕਿ ਅਸੀਂ ਦੁਪਹਿਰ ਨੂੰ ਆਵਾਂਗੇ। ਹਾਂਜੀ ਕਾਦੀਆਂ ਗਰੁੱਪ ਵਾਲੇ ਵੀ ਆਏ ਸੀਗੇ ਜੀ। ਹਾਂਜੀ ਉਹਨਾਂ ਨੇ ਵੀ ਉਹ ਵੀ ਕਹਿੰਦੇ ਸੀਗੇ ਕਹਿੰਦੇ ਵੀ ਜਿੰਨਾ ਹੋ ਸਕਿਆ ਵੀ ਤੁਹਾਡੀ ਮਦਦ ਕਰਾਂਗੇ ਅਸੀਂ। ਜੀ ਹਾਂਜੀ। ਅੱਛਾ ਤੁਸੀਂ ਸਾਡੇ ਮਾਧਿਅਮ ਦੇ ਰਾਹੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਕੀ ਅਪੀਲ ਕਰਨਾ ਚਾਹੋਗੇ ਜਿਹੜੇ ਬਾਹਰ ਬੈਠੇ ਆ ਜਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਰਾ ਸਾਡੇ ਬੈਠੇ ਆ ਜਾਂ ਜਿਹੜੀਆਂ ਜਥੇਬੰਦੀਆਂ ਨੇ ਚਾਹੇ ਉਹ ਸਿੱਧੂਪੁਰ ਹੋਵੇ ਚਾਹੇ ਕਾਦੀਆਂ ਹੋਵੇ ਚਾਹੇ ਸੰਯੁਕਤ ਕਿਸਾਨ ਮੋਰਚਾ ਹੋਵੇ? ਵੀਰ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹੈਗੀ ਕਿ ਉਹਨਾਂ ਨੂੰ ਵੀ ਆਲ ਇੰਡੀਆ ਵਿੱਚ ਸਾਰੇ ਵੀ ਜਾਣਦੇ ਹੈਗੇ ਵੀ ਮੈਂ ਉਹਨਾਂ ਦੀ ਮਿਸਿਜ ਬੋਲ ਰਹੀ ਹੈਗੀ ਕਿਉਂਕਿ ਵੀ ਮੇਰਾ ਛੋਟਾ ਜਿਹਾ ਬੱਚਾ, ਮੈਂ ਪਰਿਵਾਰ ਵਿੱਚ ਇਕੱਲੀ ਹੈਗੀ ਜੀ। ਤੇ ਜਿਹੜੇ ਮੇਰੇ ਡੈਡੀ ਹੈਗੇ ਉਹ ਤੁਹਾਨੂੰ ਪਤਾ ਹੈਗਾ ਵੀ ਉਹਨਾਂ ਨੂੰ ਅਟੈਕ ਦੀ ਸ਼ਿਕਾਇਤ ਆ, ਉਹ ਬਿਮਾਰ ਹੀ ਰਹਿੰਦੇ 15 ਸਾਲ ਹੋ ਗਏ ਵੀ ਉਹ ਤਾਂ ਦਵਾਈ ਤੇ ਹੀ ਆ ਗਏ ਜੀ ਜੀ। ਹਾਂਜੀ ਵੀ ਘਰ ਵਿੱਚ ਹੁਣ ਸਾਡੇ ਹੋਰ ਕੋਈ ਨਹੀਂ ਗਾ ਵੀ 7-8 ਸਾਲ ਦਾ ਹੀ ਮੇਰਾ ਬੱਚਾ ਗਾ ਜੀ। ਤੇ ਵੀ ਸਾਡੀ ਮਦਦ ਕਰਨ, ਵੀ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਰਾਂ ਕੀ ਨਾ ਕਰਾਂ, ਵੀ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਅਸੀਂ ਉਹ ਕਿਵੇਂ ਹੁਣ ਬਾਹਰ ਆਊਗਾ ਕਿਵੇਂ ਨਹੀਂ, ਵੀ ਸਾਨੂੰ ਵੱਧ ਤੋਂ ਵੱਧ ਉਹਨਾਂ ਦੀ ਮਦਦ ਦੀ ਜ਼ਰੂਰਤ ਆ ਗਈ ਜੀ ਜੀ। ਤੁਸੀਂ ਭੈਣੇ ਅਸੀਂ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸੰਬੰਧਤਾ ਤੁਹਾਡੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ। ਜੇ ਹੋਰ ਕੋਈ ਜਾਣਕਾਰੀ ਮਿਲਦੀ ਆ ਤੁਸੀਂ ਸਾਡੇ ਪਲੇਟਫਾਰਮ ਦੇ ਜ਼ਰੀਏ ਤੁਸੀਂ ਸਾਂਝੀ ਕਰ ਸਕਦੇ ਹੋ ਤਾਂ ਜੋ ਇਹ ਖਬਰ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਤੱਕ ਭਰਾਵਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਹਾਲੇ ਤੱਕ ਇਹ ਪਤਾ ਨਹੀਂ ਆ ਕਿ ਜਿਹੜਾ ਜਸਵਿੰਦਰ ਆਸਾ ਬੁੱਟਰ ਆ ਉਹ ਕਿੱਥੇ ਆ। ਠੀਕ ਹੈ ਜੀ, ਧੰਨਵਾਦ। ਠੀਕ ਹੈ ਜੀ। ਇਹ ਸਾਡੀ ਕੌਰ ਰਿਕਾਰਡਿੰਗ ਜਸਵਿੰਦਰ ਆਸਾ ਬੁੱਟਰ ਦੀ ਧਰਮ ਪਤਨੀ ਵੀਰਪਾਲ ਕੌਰ ਜੀ ਦੇ ਨਾਲ ਸੀ। ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਰਾਤ ਦੇ 9 ਵਜੇ ਜਸਵਿੰਦਰ ਨੂੰ ਜਿਹੜਾ ਲਾਲ ਕਿਲੇ ਦੇ ਬਾਹਰੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹ ਇੱਕ ਬੱਚੇ ਦੀ ਭਾਲ ਦੇ ਵਿੱਚ ਗਏ ਸੀ ਜਿਹੜਾ ਉਹਨਾਂ ਦੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਆ ਰਹਿ ਰਿਹਾ ਸੀ, ਪਰ ਪਰੇਡ ਤੋਂ ਉਹ ਵਾਪਸ ਨਹੀਂ ਆਇਆ ਸੀ, ਉਸ ਨੂੰ ਉਹਦੀ ਭਾਲ ਦੇ ਲਈ ਉਹ ਗਏ ਸੀ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਜਾਂਦਾ ਆ। 27 ਤਾਰੀਖ ਨੂੰ ਜਿਹੜੀ ਉਹਨਾਂ ਦੀ ਕਾਲ ਆਉਂਦੀ ਆ ਘਰ ਵਾਲੇ ਫੋਨ 'ਤੇ, ਤਾਂ ਉਹ ਦੱਸਦੇ ਆ ਕਿ ਮੈਨੂੰ ਸਿਰਫ 2 ਮਿੰਟ ਮਿਲਿਆ ਅਤੇ ਮੈਂ ਤਿਹਾੜ ਜੇਲ੍ਹ ਦੇ ਵਿੱਚ ਗ੍ਰਿਫਤਾਰਾਂ, ਸਾਡੇ ਨਾਲ ਹੋਰ ਭਰਾ ਜਿਹੜੇ ਆ 2800 ਭਰਾਵਾਂ ਨੂੰ ਜਿਹੜਾ ਆ ਗ੍ਰਿਫਤਾਰ 26 ਤਰੀਕ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਆ। ਤੇ ਜਸਵਿੰਦਰ ਇਹ ਵੀ ਕਹਿੰਦੇ ਆ ਕਿ ਇਹ ਮੇਰੀ ਖਬਰ ਜਿਹੜੀ ਆ ਮੀਡੀਆ ਤੱਕ, ਪੱਤਰਕਾਰ ਭਰਾਵਾਂ ਤੱਕ ਤੇ ਕਾਦੀਆਂ ਗਰੁੱਪ ਤੇ ਸਿੱਧੂਪੁਰ ਗਰੁੱਪ ਤੱਕ ਜ਼ਰੂਰ ਪਹੁੰਚਾਈ ਜਾਵੇ, ਕਿਉਂਕਿ ਜਸਵਿੰਦਰ ਜਿਹੜੇ ਆ ਉਹ ਸਿੱਧੂਪੁਰ ਗਰੁੱਪ ਦੇ ਨਾਲ, ਉਹਨਾਂ ਦੇ ਧਰਮ ਪਤਨੀ ਦੇ ਦੱਸਣ ਮੁਤਾਬਕ ਉਹ ਸਿੱਧੂਪੁਰ ਗਰੁੱਪ ਦੇ ਨਾਲ ਜਿਹੜੇ ਆ ਸੰਬੰਧਿਤ ਸੀ। ਤਾਂ ਉਹਨਾਂ ਦੀ ਧਰਮ ਪਤਨੀ ਨੇ ਇਹ ਵੀ ਦੱਸਿਆ ਕਿ ਅੱਜ ਸੁਬਾਹ ਕਿਸਾਨ ਜਥੇਬੰਦੀ ਕਾਦੀਆਂ ਤੇ ਸਿੱਧੂਪੁਰ ਦੇ ਜਿਹੜੇ ਕੁਝ ਕਿਸਾਨ ਆਗੂ ਉਹ ਵੀ ਘਰੇ ਆਏ ਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਦੁਪਹਿਰੇ ਆਵਾਂਗੇ ਤੇ ਜੋ ਵੀ ਸਾਥੋਂ ਬਣਿਆ ਅਸੀਂ ਜ਼ਰੂਰ ਤੁਹਾਡਾ ਸਾਥ ਦੇਵਾਂਗੇ। ਅਸੀਂ ਵੀ ਆਪਣੇ ਮਾਧਿਅਮ ਦੇ ਜ਼ਰੀਏ ਤੁਹਾਨੂੰ ਅਪੀਲ ਕਰਦੇ ਹਾਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਨੂੰ ਅਪੀਲ ਕਰਦੇ ਹਾਂ, ਖਾਸ ਕਰ ਕਬੱਡੀ ਜਗਤ ਦੇ ਪ੍ਰੇਮੀਆਂ ਨੂੰ ਅਪੀਲ ਕਰਦੇ ਹਾਂ ਕਿ ਕਬੱਡੀ ਦੇ ਨਾਮਵਰ ਬੁਲਾਰੇ ਜਸਵਿੰਦਰ ਆਸਾ ਬੁੱਟਰ ਦੀ ਰਿਹਾਈ ਦੇ ਲਈ, ਉਹਦੀ ਜ਼ਮਾਨਤ ਦੇ ਲਈ ਅਸੀਂ ਸਾਥੋਂ ਜਿੰਨਾ ਵੀ ਹੋ ਸਕਦਾ ਅਸੀਂ ਵੱਧ ਤੋਂ ਵੱਧ ਕਰੀਏ। ਵੱਡੀ ਗੱਲ ਸਭ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਕਿਉਂਕਿ ਇਹ ਹਾਲੇ ਤੱਕ ਕਨਫਰਮੇਸ਼ਨ ਨਹੀਂ ਸੀ, ਹਾਲੇ ਤੱਕ ਸਿਰਫ ਇਹ ਪੋਸਟਾਂ ਪੈ ਰਹੀਆਂ ਸੀ, ਪਰ ਅਸੀਂ ਉਹਨਾਂ ਦੀ ਧਰਮ ਪਤਨੀ ਦੇ ਨਾਲ ਗੱਲਬਾਤ ਕੀਤੀ ਆ। ਉਸ ਤੋਂ ਬਾਅਦ ਕਨਫਰਮ ਕੀਤਾ ਕਿ ਅਸਲ ਦੇ ਵਿੱਚ ਇਹ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਇਸ ਦੇ ਪਿੱਛੇ ਸੱਚਾਈ ਇਹ ਹੈ ਕਿ ਜਸਵਿੰਦਰ ਆਸਾ ਬੁੱਟਰ ਦੀ ਜਿਹੜੀ ਆ ਉਹ ਗ੍ਰਿਫਤਾਰੀ ਹੁੰਦੀ ਹੈ 26 ਤਰੀਕ ਨੂੰ 9 ਵਜੇ ਦੇ ਕਰੀਬ। ਉਹਨਾਂ ਦੀ ਧਰਮ ਪਤਨੀ ਦੇ ਦੱਸਣ ਅਨੁਸਾਰ 26 ਤਰੀਕ ਨੂੰ 9 ਵਜੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਲਾਲ ਕਿਲੇ ਉੱਤੇ ਬਾਹਰੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਆ। ਤੇ 27 ਤਰੀਕ ਨੂੰ ਉਹਨਾਂ ਦੀ ਰਾਬਤਾ ਜਿਹੜਾ ਆਪਣੀ ਧਰਮ ਪਤਨੀ ਦੇ ਨਾਲ ਹੁੰਦਾ। ਉਹਨਾਂ ਨੇ ਇਹ ਵੀ ਦੱਸਿਆ ਕਿ 27 ਤਾਰੀਖ ਤੋਂ ਬਾਅਦ ਉਹਨਾਂ ਦਾ ਕੋਈ ਰਾਬਤਾ ਨਹੀਂ ਹੋਇਆ। ਜਸਵਿੰਦਰ ਨੇ ਉਸ ਤੋਂ ਬਾਅਦ ਕੋਈ ਵੀ ਫੋਨ ਕਾਲ ਨਹੀਂ ਕੀਤੀ, ਭਾਵ 27 ਤੋਂ ਬਾਅਦ ਦੀ ਕੋਈ ਵੀ ਅਪਡੇਟ ਉਹਨਾਂ ਕੋਲੇ ਨਹੀਂ ਆ। ਅਪੀਲ ਜਸਵਿੰਦਰ ਨੇ ਉਸ ਆਪਣੀ ਕਾਲ ਦੇ ਵਿੱਚ ਇਹੀ ਕੀਤੀ ਸੀ ਕਿ ਮੇਰੀ ਇਹ ਗ੍ਰਿਫਤਾਰੀ ਦਾ ਜਿਹੜੀ ਖਬਰ ਆ ਉਹ मीडिया तक तो कादियां ग्रुप तो सिद्धूपुर ग्रुप तक पहुँचती की जाए। असीं भी अपने माध्यम के जरिए यही अपील करते हैं कि इस खबर में वध तो वध शेयर करो तो जो वीर भरा हैल्प के लिए अगे आ सकन, तां जो जसविंदर आसा बुट्टर की जिहड़ी आ रिहाई करवाई जा सके। कबड्डी जगत के प्रेमियों को असीं हथ बन के अपील करते हैं। साडी भी कोशिश यही रहेगी कि जसविंदर आसा बुट्टर की जिहड़ी आ जल्द तो जल्द जमानत हो सके ते होर उहदे नाल जिन्ने भी भरा ने साडे कोले जो जो भी खबर आउंदी असीं समय समय ते तुहाडे तक पहुँचदी करांगे कि होर किहड़े-किहड़े नौजवान ने जिन्हां नूं गिरफ्तार किया गया, जिहड़े जिहड़े हले मापे अपने पुत्तां दी भाल दे विच ने उन्हां दी खबर जिवें जिवें साडे कोले आउंदी असीं तिवें तिवें तुहाडे नाल सांझी करदे रहांगे। संघर्ष की होर किसी भी अपडेट के लिए तुसीं साडे नंबर जिहड़े आ स्क्रीन के उपर फ्लैश हो रहा सानूं जिहड़ा है संपर्क कर सकदे हो। जुड़े रहो RMB टैलीविजन दे नाल संघर्ष की नवीं तो नवीं अपडेट के लिए। हुण अपने दोस्त जस करेवाल दिओ इजाजत। धन्नवाद जी।